ਸਰੂ ਹੋ ਕੇ ਜਲਿਆ ਉਕਾਂ ਬਣਿਆ ਵਤਨਾ ਹੈ, ਤੁਗਾ ਹੈ ਬਗਾ ਹੈ ਦੀ ਛਾਂ ਬਣਿਆ ਵਤਨਾ ਹੈ, ਤੇਰੀ ਮੁਸਤਫਾ ਬਾਜੂ ਔਕਾਤ ਕੀ ਹੈ ਤੂੰ ਐਵੇਂ ਜਲਿਆ ਬਲਾਂ ਬਣਿਆ ਵਤਨਾ ਹੈ। ਅਸਲਾਮ ਵਾਲੇਕੁਮ ਸੱਜਣੋ ਬੇਲੀਓ ਮਿੱਤਰੋ, ਕੀ ਹਾਲ ਚਾਲ ਹੈ? ਮੈਂ ਤੁਹਾਡਾ ਦੋਸਤ ਮੁਹੰਮਦ ਰਿਖੀ ਸਰ, ਅਤੇ ਤੁਸੀਂ ਵੇਖਦੇ ਪਿਓ ਆਪਣਾ ਚੈਨਲ ਪੰਜਾਬੀ ਵਸੇਬ, ਅਤੇ ਮੇਰੇ ਨਾਲ ਤਸਵਰ ਅਲੀ ਵੀ ਹੈ, ਉਹਦੇ ਨਾਲ ਵੀ ਗੱਲਬਾਤ ਕਰਦੇ ਹਾਂ। ਅਤੇ ਅੱਜ ਦਾ ਵਲੋਗ ਬੜਾ ਹੀ ਖਾਸ ਹੈ, ਵਲੋਗ ਨੂੰ ਐਂਡ ਤੇ ਕਰ ਵੇਖਿਆ ਤਾਂ ਕਿ ਪੂਰੀ ਗੱਲਬਾਤ ਤੁਹਾਡੀ ਸਮਝ 'ਚ ਆਵੇ। ਵਲੋਗ ਇਹ ਹੈ ਕਿ ਜਿਹੜਾ ਜੱਜ ਹੈ ਨਾ, ਜੱਜ ਦੀ ਜਿਹੜੀ ਬੀਵੀ ਹੈ ਉਹ ਉਹਦੇ ਮੁਲਾਜ਼ਮ ਦੇ ਨਾਲ ਉਹਦਾ ਕਿਰਦਾਰ ਠੀਕ ਨਾ ਰਿਹਾ, ਅਤੇ ਜੱਜ ਸਾਹਿਬ ਨੇ ਫਿਰ ਕੀ ਫੈਸਲਾ ਕੀਤਾ, ਇਹ ਅੱਜ ਦਾ ਆਪਣਾ ਵਲੋਗ ਹੈ। ਇਹਦੇ ਵਿੱਚ ਇਹ ਗੱਲਬਾਤ ਹੋਣੀ, ਅਤੇ ਵਲੋਗ ਨੂੰ ਐਂਡ ਤੇ ਕਰ ਵੇਖਿਆ ਜੀ। ਨਾਜ਼ਰੀਨ ਤਸਵਰ ਅਲੀ ਅੱਜ ਮੇਰੇ ਨਾਲ ਮੁਰੱਬੇ ਹੀ ਆਇਆ, ਅਸੀਂ ਫਿਰਨ ਵਾਸਤੇ ਆਏ ਹਾਂ। ਅੱਜ ਰੂਹ ਵੇਖੀਏ, ਰੂਹ ਅਲਹਮਦੁਲਿਲਾ ਦੁਬਾਰਾ ਫਿਰ ਇੱਕ ਵਾਰੀ ਖਿੜੀ ਖਲੋਤੀ, ਲੇਕਿਨ ਤੇਲੇ ਦਾ ਬੜਾ ਮਸਲਾ ਹੈ। ਅਤੇ ਤਸਵਰ ਅਲੀ ਕੋਈ ਸ਼ੇਰ ਵੀ ਸੁਣਨੇ ਆ, ਬੜਾ ਖੂਬਸੂਰਤ, ਅਤੇ ਤੁਸੀਂ ਸ਼ੇਰ ਸੁਣ ਕੇ ਸੁਬਾਨ ਲਾ ਜ਼ਰੂਰ ਆਖਣੀ। ਸੁਬਾ ਵੀ ਜ਼ਰੂਰੀ ਹੈ ਅਤੇ ਸ਼ਾਮ ਵੀ ਜ਼ਰੂਰੀ ਹੈ, ਸਾਕੀ ਵੀ ਜ਼ਰੂਰੀ ਹੈ ਅਤੇ ਜਾਮ ਵੀ ਜ਼ਰੂਰੀ ਹੈ, ਨਾ ਸਿਰਫ ਇਸ ਦੁਨੀਆਂ 'ਤੇ ਰੱਬ ਨੂੰ ਮਨਾਉਣ ਲਈ ਦਰੂਦ ਵੀ ਜ਼ਰੂਰੀ ਹੈ ਅਤੇ ਸਲਾਮ ਵੀ ਜ਼ਰੂਰੀ ਹੈ। ਹਾਂ ਜੀ, ਤੁਸੀਂ ਸ਼ੇਰ ਸੁਣ ਲਿਆ ਕਿ ਸੁਬਹ ਵੀ ਜ਼ਰੂਰੀ ਹੈ ਅਤੇ ਸ਼ਾਮ ਵੀ ਜ਼ਰੂਰੀ ਹੈ, ਸਾਕੀ ਵੀ ਜ਼ਰੂਰੀ ਹੈ ਅਤੇ ਜਾਮ ਵੀ ਜ਼ਰੂਰੀ ਹੈ, ਨਾ ਸਿਰ ਇਸ ਜੱਗ ਉੱਤੇ ਰੱਬ ਨੂੰ ਮਨਾਉਣ ਲਈ ਦਰੂਦ ਵੀ ਜ਼ਰੂਰੀ ਹੈ, ਸਲਾਮ ਵੀ ਜ਼ਰੂਰੀ ਹੈ। ਤੈਨੂੰ ਕੀ ਲੱਗਦਾ ਕਿ ਗੱਟ ਵਸ ਹੋ ਸੀ ਕਿ ਨਹੀਂ? ਚੰਗੀ ਗੱਲ ਹੈ, ਕਿਤਨੀ ਗਰਮੀ ਪੈ ਰਹੀ? ਬੜੀ ਜ਼ਿਆਦਾ ਗਰਮੀ ਹੁੰਦੀ ਪਈ ਹੈ। ਸਰਦੀ ਚੰਗੀ ਤੈਨੂੰ ਲੱਗਦੀ ਕਿ ਗਰਮੀ? ਮੈਨੂੰ ਸਰਦੀ ਚੰਗੀ ਲੱਗਦੀ। ਕਿਉਂ, ਗਰਮੀ ਨੂੰ ਮੋਟੇ ਦੇ ਗਤੀ ਹੈ, ਸਰਦੀ ਕਿਉਂ ਚੰਗੀ ਲੱਗਦੀ? ਵੈਸੇ ਚੰਗੀ ਲੱਗਦੀ, ਗਰਮੀ ਚੰਗੀ ਨਹੀਂ ਲੱਗਦੀ? ਨਹੀਂ ਯਾਰ, ਬੰਦੇ ਪਸੀਨਾ ਆ ਚੈਂਦੀ। ਚਲੋ, ਬੰਦਾ ਗਰਮੀ ਚ ਨਾ ਨੂੰ ਲੈਂਦਾ ਠੰਡੇ ਪਾਣੀ ਨਾਲ, ਤੇ ਸਰਦੀ ਜਦ ਪੰਦੀ ਪਈ ਹੋਵੇ ਉਦੋਂ ਕੀ ਕਰੇ? ਗਰਮ ਪਾਣੀ ਨਾਲ, ਪਾਣੀ ਦਾ ਸਰਦੀ ਨਾਲ, ਗਰਮ ਨਾਲ, ਗਰਮ ਨਾਲ। ਵਾਹ ਵਾਹ ਵਾਹ, ਇਵੇਂ ਗੱਲ ਹੈ। ਗਰਮੀ ਸਾਰੇ ਮੌਸਮ ਅੱਲਾ ਨੇ ਜਿਹੜੇ ਬਣਾਏ ਨੇ ਨਾ, ਸਾਰੇ ਸੋਹਣੇ ਬਣਾਏ ਨੇ। ਇਹ ਜਿਹੜੀ ਸੜਕ ਹੈ ਜੀ ਜਨਾਬ, ਜਾ ਰਹੀ ਹੈ ਯੂਸਫ ਵਾਲੇ ਰੋਡ ਤੇ, ਮਤਲਬ ਵੱਡੇ ਮੁਲਤਾਨ ਰੋਡ ਤੇ ਜਾ ਰਹੀ ਹੈ ਸੜਕ, ਸਾਡੇ ਪਿੰਡ ਚ ਨਿਕਲ ਕੇ, ਔਰ ਇਹ ਸੜਕ ਸਾਡੇ ਮੁਰੱਬੇ ਨੂੰ ਜਾ ਰਹੀ। ਇਹ ਜੀ ਤੁਸੀਂ ਵੇਖਦੇ ਪਿਓ ਪਿਛਲੀ ਸਾਈਡ ਤੇ ਨਾ, ਅਲਹਮਦੁਲਿਲਾ ਜਿਹੜੀ ਘਟਾ ਹੈ ਨਾ, ਉਹ ਬੜੀ ਛਾਈ ਖਲੋਤੀ, ਔਰ ਦੁਆ ਵੀ ਕਰੋ ਕਿ ਅੱਲਾ ਕਰੀਮ ਨਾ ਆਪਣੀ ਰਹਿਮਤ ਦੀ ਬਾਰਿਸ਼ ਅਤਾ ਕਰੇ। ਅੱਛਾ, ਤੁਹਾਡੇ ਨਾਲ ਜਿਹੜੀ ਗੱਲ ਸ਼ੇਅਰ ਕਰਨੀ ਹੈ ਉਹ ਮੈਂ ਕਰਦਾ ਚੱਲਾਂ। ਜੱਜ ਆ ਜੱਜ, ਅਤੇ ਜਿਹੜੀ ਜੱਜ ਦੀ ਆਈ ਨਾ ਬੀਵੀ, ਉਹ ਬਦ ਚੱਲਣ ਆਈ। ਜੱਜ ਜਦੋਂ ਚਲਾ ਜਾਂਦਾ ਆਪਣੀ ਡਿਊਟੀ 'ਤੇ, ਅਤੇ ਬੀਵੀ ਮਗਰੂ ਜਿਹੜਾ ਉਹਦਾ ਘਰ ਦਾ ਮੁਲਾਜ਼ਮ ਆ ਨਾ, ਉਹਦੇ ਨਾਲ ਰੰਗ ਰਲੀਆਂ ਮਨਾਈਂਦੀ ਆਈ। ਇੱਕ ਦਿਨ ਜੱਜ ਛੇਤੀ ਆ ਗਿਆ, ਉਸ ਵੇਖਿਆ ਅਤੇ ਉਹ ਆਪਦੇ ਨੌਕਰ ਦੇ ਨਾਲ ਮੂੰਹ ਕਾਲਾ ਕਰਦੀ ਪਈ ਹੈ, ਅਤੇ ਜੱਜ ਨੂੰ ਪਤਾ ਲੱਗ ਗਿਆ। ਜੱਜ ਵੇਖ ਲਿਆ, ਜੱਜ ਨੂੰ ਗੁੱਸਾ ਤਾਂ ਬੜਾ ਆਇਆ, ਲੇਕਿਨ ਜੱਜ ਉਹਨਾਂ ਨੂੰ ਕੁਛ ਵੀ ਨਹੀਂ ਆਖਿਆ। ਉਸ ਬੀਵੀ ਦੀ ਬਾਜ਼ੂ ਪਕੜਿਆ, ਆਪਣੇ ਨੌਕਰ ਦੇ ਹੱਥ ਹੀ ਦਿੱਤਾ, ਅਤੇ ਉਹਨੂੰ ਆਖਦਾ ਵੀ ਇਹਨੂੰ ਲੈ ਕੇ ਜਾ। ਉਹ ਨੌਕਰ ਲੈ ਕੇ ਉਹਨੂੰ ਚਲਾ ਗਿਆ, ਕਿਤੇ ਇਲਾਕਾ ਛੱਡ ਗਏ, ਦੂਸਰੇ ਇਲਾਕੇ 'ਚ ਗਏ। ਉੱਥੇ ਜਾ ਕੇ ਉਹਨਾਂ ਨੇ ਸ਼ਾਦੀ ਕੀਤੀ, ਕਿਉਂਕਿ ਜੱਜ ਨੇ ਤਾਂ ਤਲਾਕ ਦੇ ਛੱਡੀ ਆਈ। ਉੱਥੇ ਜਾ ਕੇ ਕੀ ਹੋਇਆ ਕਿ ਉਹ ਜਿਹੜੀ ਉਹਦੀ ਔਰਤ ਆਈ, ਉਹ ਬਦ ਚੱਲਣ ਜੋ ਆਈ, ਉਹ ਹਸਬੇ ਆਦਤ ਇੱਕ ਸਾਹਮਣੇ ਕਸਾਈ ਆ, ਉਸ ਕਸਾਈ ਦੇ ਨਾਲ ਉਹਦੇ ਗਲਤ ਤਲਕਾਤ ਹੋ ਗਏ। ਉਹਦਾ ਜਿਹੜਾ ਬੰਦਾ ਦੂਸਰਾ ਆ, ਜੱਜ ਦਾ ਨੌਕਰ ਆ, ਉਹ ਕੰਮ 'ਤੇ ਜਾਂਦਾ, ਉਹ ਮਗਰੂ ਕਸਾਈ ਦੇ ਨਾਲ ਰੰਗ ਰਲੀਆਂ ਮਨਾਈਂਦੀ ਹੈ। ਫਿਰ ਜੀ ਇੰਜ ਹੋਇਆ, ਇੱਕ ਦਿਨ ਉਹ ਘਰ ਆਇਆ, ਉਹਦਾ ਦੂਸਰਾ ਸ਼ੌਹਰ, ਤੋ ਕਸਾਈ ਦੇ ਨਾਲ ਰੰਗ ਰਲੀਆਂ ਮਨਾ ਰਹੀ ਆਈ, ਅਤੇ ਉਹਨੇ ਆ ਕੇ ਉਹਨੂੰ ਪਕੜ ਕੇ ਤਾਂ ਦੋਵਾਂ ਨੂੰ ਕਤਲ ਕਰ ਦਿੱਤਾ। ਜਦੋਂ ਦੋਵਾਂ ਨੂੰ ਕਤਲ ਕਰ ਦਿੱਤਾ, ਇਹ ਕੇਸ ਚੱਲਦਾ ਚੱਲਦਾ ਉਸੇ ਜੱਜ ਕੋਲ ਚਲਾ ਗਿਆ, ਔਰ ਉਸ ਜੱਜ ਨੇ ਬਗੈਰ ਵਕੀਲ, ਬਗੈਰ ਦਲੀਲ ਦੇ ਉਹਨੂੰ ਇਹ ਦੱਸ ਦਿੱਤਾ ਕਿ ਜਿਹੜੀ ਸਜ਼ਾ ਅੱਜ ਤੈਨੂੰ ਮਿਲਣ ਜਾ ਰਹੀ ਹੈ, ਇਹ ਸਜ਼ਾ ਮੈਨੂੰ ਮਿਲਣੀ ਹੈ ਅਗਰ ਮੈਂ ਉਸ ਟਾਈਮ ਸਹੀ ਫੈਸਲਾ ਨਾ ਕਰਦਾ ਤਾਂ। ਉਹ ਜਨਾਬ, ਉਹਨੇ ਉਹਨੂੰ ਫਾਂਸੀ ਦਾ ਹੁਕਮ ਦਿਵਾ ਦਿੱਤਾ।
ਇਸ ਵਾਸਤੇ ਸਹੀ ਟਾਈਮ ਤੇ ਸਹੀ ਫੈਸਲੇ ਕਰਨੇ, ਇਹ ਵੀ ਅਕਲਮੰਦ ਹੋਣ ਦੀ ਨਿਸ਼ਾਨੀ ਹੈ। ਉਮੀਦ ਹੈ ਤੁਹਾਨੂੰ ਅੱਜ ਦਾ ਵਲੌਗ ਚੰਗਾ ਲੱਗਾ ਹੋਏਗਾ। ਅਗਰ ਵਲੌਗ ਚੰਗਾ ਲੱਗਾ ਹੋਵੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਨੋਟੀਫਿਕੇਸ਼ਨ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਮੁਸਤਕਬਲ 'ਚ ਅਪਲੋਡ ਹੋਣ ਵਾਲੀ ਸਾਰੀਆਂ ਵੀਡੀਓ ਤੁਹਾਡੇ ਤੱਕ ਬਰ ਵਕਤ ਪਹੁੰਚਦੀਆਂ ਰਹਿਣ।